ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅਤੇ ਮੈਂ ਅਮਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਬੋਲਦਾ। ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਅਤੇ ਇਸ ਬਿਗਲ ਵੱਜਣ ਤੋਂ ਬਾਅਦ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਲੋਕਾਂ ਨੂੰ ਲੁਭਾਉਣ ਦੇ ਲਈ ਆਪਣੇ ਆਪਣੇ ਚੋਣ ਮਨੋਰਥ ਪੱਤਰ ਯਾਨੀ ਕਿ ਚੋਣ ਮੈਨੀਫੈਸਟੋ ਜਾਰੀ ਕਰ ਦਿੱਤੇ ਨੇ। ਇਹਨਾਂ ਚੋਣ ਮੈਨੀਫੈਸਟੋ ਦੇ ਸੰਬੰਧ ਦੇ ਵਿੱਚ ਲੋਕਾਂ ਨਾਲ ਜ਼ਬਰਦਸਤ ਵਾਅਦੇ ਕੀਤੇ ਗਏ ਨੇ ਇਹਨਾਂ ਸਿਆਸੀ ਪਾਰਟੀਆਂ ਦੇ ਵੱਲੋਂ। ਸਿਆਸੀ ਪਾਰਟੀਆਂ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਚੋਣ ਮੈਨੀਫੈਸਟੋ ਜਾਰੀ ਕਰ ਦਿੱਤੇ ਨੇ। ਇਹਨਾਂ ਚੋਣ ਮੈਨੀਫੈਸਟੋ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਲੋਕ ਕੀ ਸੋਚਦੇ ਨੇ, ਇਹ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਜਤਿੰਦਰ ਸਿੰਘ ਆ ਅਤੇ ਮੈਂ ਸੋਸ਼ਲ ਵਰਕ ਡਿਪਾਰਟਮੈਂਟ ਤੋਂ ਹਾਂ, ਪੰਜਾਬ ਯੂਨੀਵਰਸਿਟੀ ਦੇ। ਅੱਛਾ ਜਤਿੰਦਰ, ਕੀ ਲੱਗ ਰਿਹਾ ਕਿ ਚੋਣਾਂ ਆ ਰਹੀਆਂ ਨੇ ਅਤੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਜਿਹੜੇ ਨੇ ਮੈਨੀਫੈਸਟੋ ਵੀ ਜਾਰੀ ਕਰ ਦਿੱਤੇ ਨੇ, ਕੀ ਲੱਗ ਰਿਹਾ ਕਿ ਮੈਨੀਫੈਸਟੋ ਦੇ ਵਿੱਚ ਕਿਹੜੇ ਕਿਹੜੇ ਵਾਅਦੇ ਲੋਕਾਂ ਨੂੰ ਲੁਭਾਉਣ ਦੇ ਲਈ ਪਾਰਟੀਆਂ ਕਰ ਰਹੀਆਂ ਨੇ? ਦੇਖੋ ਜੀ, ਜਿਹੜੀ ਇਸ਼ੂ ਬੇਸਡ ਪੋਲੀਟਿਕਸ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ ਹੈਗੀ। ਮੁੱਦੇ ਤੋਂ ਲੋਕਾਂ ਨੂੰ ਭਟਕਾਇਆ ਜਾਂਦਾ ਆ, ਜਿਵੇਂ ਕਿ ਰਿਲੀਜੀਅਸ ਬੇਸਡ ਟੋਪਿਕ ਚੱਕੇ ਜਾਂਦੇ ਨੇ ਵੀ ਅਸੀਂ ਮੰਦਰ ਬਣਾਵਾਂਗੇ, ਅਸੀਂ ਤੁਹਾਡੇ ਲਈ ਰਿਜ਼ਰਵੇਸ਼ਨ ਲੈ ਕੇ ਆਵਾਂਗੇ, ਜਿਹੜੇ ਐਕਚੁਅਲ 'ਚ ਇੰਪਲੋਇਮੈਂਟ ਆ। ਜਾਂ ਹੁਣੇ ਕੁਛ ਪਾਰਟੀਆਂ ਐਵੇਂ ਦੀਆਂ ਜਿਹੜੀਆਂ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਜ਼ ਐਵੇਂ ਦੀਆਂ ਵੀ ਨੇ ਜਿਹੜੀਆਂ ਕਿ ਡਿਫੈਂਸ ਦੇ ਬੇਸ 'ਤੇ ਲੋਕਾਂ ਤੋਂ ਵੋਟਾਂ ਮੰਗੀ ਜਾਂਦੀਆਂ ਨੇ ਵੀ ਅਸੀਂ ਦੇਖੋ ਆਰਮੀ ਨੂੰ ਇਹ ਦੇਤਾ, ਆਰਮੀ ਨੂੰ ਇਹ ਕਰਤੇ, ਆਰਮੀ ਨੂੰ ਇਹ ਛੂਟ ਦਿੱਤੀ। ਬਟ ਜਿਹੜੀ ਐਕਚੁਅਲ ਆ ਵੀ ਲੋਕਾਂ ਯੂਥ ਨੂੰ ਕੀ ਚਾਹੀਦਾ? ਇੰਪਲੋਇਮੈਂਟ ਚਾਹੀਦੀ ਆ, ਯੂਥ ਨੂੰ ਕੀ ਚਾਹੀਦਾ ਵੀ ਉਹ ਪ੍ਰੋਪਰ ਜੋਬ ਹੋਵੇ, ਉਹਨਾਂ ਦੀ ਸਿਕਿਉਰਿਟੀ ਹੋਵੇ, ਲਾਈਫ ਸਿਕਿਉਰਿਟੀ ਹੋਵੇ। ਇੱਕ ਓਲਡ ਏਜ ਪਰਸਨ ਨੂੰ ਕੀ ਚਾਹੀਦਾ ਹੁੰਦਾ ਆ? ਉਹਨਾਂ ਨੂੰ ਇਹ ਆ ਵੀ ਉਹਨਾਂ ਨੂੰ ਬੁੱਢੇ ਵੇਰੇ ਉਹਨਾਂ ਨੂੰ ਪ੍ਰੋਪਰ ਪੈਨਸ਼ਨ ਮਿਲਦੀ ਰਹੇ, ਸਿਕਿਉਰਿਟੀ ਮਿਲੇ, ਸੋਸ਼ਲ ਸਿਕਿਉਰਿਟੀ ਮਿਲੇ। ਜਿਹੜੇ ਮੇਨ ਮੁੱਦੇ ਉਹਨਾਂ ਤੋਂ ਹਟਾ ਕੇ ਉਹਨਾਂ ਨੂੰ ਕਿਹਾ ਜਾਂਦਾ ਅਸੀਂ ਤੁਹਾਡੇ ਲਈ ਜੇ ਅਗਲੇ ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ ਮੰਦਰ ਬਣਾਵਾਂਗੇ, ਅਸੀਂ ਤੁਹਾਡੇ ਲਈ ਰੈਜ਼ਰਵੇਸ਼ਨ ਲੈ ਕੇ ਆਵਾਂਗੇ, ਅਸੀਂ ਲੋਨ ਵੇਵ ਕਰਾਂਗੇ। ਫਾਰਮਿੰਗ ਇੱਕ ਸਭ ਤੋਂ ਮੇਨ, ਕਿਉਂਕਿ ਆਪਣਾ 60% ਲੋਕ ਆਪਣੇ ਫਾਰਮਿੰਗ 'ਤੇ ਡਿਪੈਂਡ ਆ ਆਪਣੀ ਇੰਡੀਆ ਦੇ ਵਿੱਚ, ਅਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਵੀ ਅਸੀਂ ਤੁਹਾਡਾ ਲੋਨ ਵੇਵ ਕਰਾਂਗੇ। ਮੈਂ ਖੁਦ ਇੱਕ ਜ਼ਿਮੀਂਦਾਰ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ, ਮੈਂ ਨਹੀਂ ਚਾਹੁੰਦਾ ਕਿ ਸਾਡਾ ਲੋਨ ਵੇਵ ਹੋਵੇ, ਮੈਂ ਚਾਹੁੰਦਾ ਕਿ ਸਾਡਾ ਇੱਕ ਫਾਰਮਰ ਨੂੰ ਇੰਨਾ ਕੁ ਕੈਪੇਬਲ ਬਣਾ ਦਿੱਤਾ ਜਾਵੇ ਕਿ ਉਹ ਜੇ ਕੱਲ੍ਹ ਨੂੰ ਉਹਨੂੰ ਲੋਨ ਲੈਣ ਦੀ ਮਜਬੂਰੀ ਆਉਂਦੀ ਵੀ ਆ ਤਾਂ ਉਹ ਆਪਣੇ ਆਪ ਆਪਣਾ ਲੋਨ ਚੁਕਾ ਸਕੇ। ਕੀ ਲੱਗ ਰਿਹਾ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਚੋਣ ਮੈਨੀਫੈਸਟੋ ਦੇ ਵਿੱਚ ਉਹਨਾਂ ਤੋਂ ਜਿਹੜੇ ਲੋਕ ਨੇ ਪ੍ਰਭਾਵਿਤ ਹੁੰਦੇ ਨੇ? ਦੇਖੋ, ਇਹ ਵੀ ਇਹਨੂੰ ਵੀ ਆਪਾਂ 2 ਪਹਿਲੂਆਂ ਨਾਲ ਲੈ ਕੇ ਜਾ ਸਕਦੇ ਹਾਂ। ਇੱਕ ਕੋਮਨ ਮੈਨ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਹੈਗਾ ਕਿ ਮੈਨੀਫੈਸਟੋ ਰਿਲੀਜ਼ ਵੀ ਹੋ ਗਿਆ ਕਿ ਨਹੀਂ ਹੋ ਗਿਆ, ਹਾਲਾਂਕਿ ਜਿਹੜਾ ਆਪਣਾ ਚੋਣ ਕਮਿਸ਼ਨ ਆ ਉਹ ਕਹਿੰਦਾ ਵੀ ਤੁਹਾਨੂੰ 2 ਹਫ਼ਤੇ ਤੱਕ ਪਹਿਲਾਂ ਰਿਲੀਜ਼ ਕਰ ਦੇਣਾ ਚਾਹੀਦਾ ਆ, ਬਟ ਮੈਨੀਫੈਸਟੋ ਤਾਂ ਲੋਕਾਂ ਤੱਕ ਪਹੁੰਚਦਾ ਹੀ ਨਹੀਂ ਹੈਗਾ ਆ। ਠੀਕ ਆ, ਉਹ ਜੇ ਕੋਈ ਬਹੁਤ ਹੀ ਅਵੇਅਰ ਕੋਈ ਇੱਕ ਬੰਦਾ ਆ ਜਿਹੜਾ ਰੈਗੂਲਰ ਕੰਟੈਕਟ 'ਚ ਰਹਿੰਦਾ ਇੱਕ ਪੋਲੀਟੀਕਲ ਮੁੱਦਿਆਂ ਦੇ ਨਾਲ, ਉਹਨੂੰ ਥੋੜ੍ਹਾ ਬਹੁਤਾ ਪਤਾ ਹੋਣਾ ਆ, ਬਟ ਉਹ ਵੀ ਇੱਕ ਡੀਪ ਦੇ ਵਿੱਚ ਜਾ ਕੇ ਇਹ ਨਹੀਂ ਦੇਖਦਾ ਹੈਗਾ ਵੀ ਕੀ ਮਿਲੂਗਾ ਕੀ ਨਹੀਂ ਮਿਲੂਗਾ ਸਾਨੂੰ, ਵੀ ਕੀ ਇਹਨਾਂ ਨੇ ਵਾਅਦੇ ਕੀਤੇ ਆ। ਅਤੇ ਮੈਨੂੰ ਲੱਗਦਾ ਕਿ ਮੈਨੀਫੈਸਟੋ ਨੂੰ ਇੱਕ ਲੀਗਲ ਡਾਕੂਮੈਂਟ ਬਣਾ ਦਿੱਤਾ ਜਾਣਾ ਚਾਹੀਦਾ ਆ ਕਿ ਜੇ ਕੱਲ੍ਹ ਨੂੰ ਉਹਨੂੰ ਲੀਗਲ ਡਾਕੂਮੈਂਟ ਬਣਾ ਦਿੱਤਾ ਜਾਊਗਾ ਤਾਂ ਪੋਲੀਟੀਕਲ ਪਾਰਟੀਜ਼ ਬਾਉਂਡ ਹੋ ਜਾਣਗੀਆਂ ਕਿ ਅਸੀਂ ਉਹਨਾਂ ਨੂੰ ਪੂਰਾ ਹੀ ਕਰਨਾ ਹੀ ਕਰਨਾ। ਅੱਛਾ, ਤੁਹਾਨੂੰ ਕੀ ਲੱਗਦਾ ਕਿਹੜੀ ਕਿਹੜੀ ਪਾਰਟੀ ਨੇ ਮੈਨੀਫੈਸਟੋ ਜਾਰੀ ਕਰ ਦਿੱਤਾ? ਹਾਲੇ ਤੱਕ ਮੈਂ ਕਾਂਗਰਸ ਦਾ ਦੇਖਿਆ ਆ, ਬਟ ਉਹਦੇ ਵਿੱਚ ਜਿਵੇਂ ਇੱਕ ਨਿਆਏ ਸਕੀਮ ਆਈ ਆ ਵੀ ਅਸੀਂ ਤੁਹਾਨੂੰ 72,000 ਦੇਵਾਂਗੇ ਈਅਰਲੀ ਜਿਹੜੇ ਮਤਲਬ ਕਿ BPL ਲੋਕ ਨੇ ਜਾਂ ਜੋ ਵੀ ਹੈ ਨੇ। ਅਤੇ ਇੱਕ ਹੁਣੇ ਰੀਸੈਂਟਲੀ BJP ਦਾ ਵੀ ਰਿਲੀਜ਼ ਹੋ ਚੁੱਕਿਆ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਗੁਰਪ੍ਰੀਤ ਹੈ ਜੀ। ਅੱਛਾ ਗੁਰਪ੍ਰੀਤ, ਤੁਹਾਡੀ ਵੋਟ ਬਣੀ ਹੋਈ ਹੈ? ਹਾਂਜੀ ਹਾਂਜੀ। ਵੋਟ ਦਾ ਇਸਤੇਮਾਲ ਕਰੋਗੇ? ਨਹੀਂ, ਮੈਂ ਨਹੀਂ ਕਰਦਾ ਜੀ। ਅੱਛਾ, ਰਾਜਨੀਤਿਕ ਪਾਰਟੀਆਂ ਦੇ ਵੱਲੋਂ ਮੈਨੀਫੈਸਟੋ ਜਾਰੀ ਕਰ ਦਿੱਤੇ ਗਏ ਨੇ, ਇਹਨਾਂ ਮੈਨੀਫੈਸਟੋ ਦੇ ਉੱਤੇ ਆਮ ਲੋਕਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ? ਆਮ ਲੋਕਾਂ ਨੂੰ ਥੋੜ੍ਹੀ ਜਿਹੀ ਨੌਲੇਜ ਤਾਂ ਹੋ ਚੁੱਕੀ ਆ, ਕਿਉਂਕਿ ਆਮ ਲੋਕ ਇਹ ਨਹੀਂ ਹੈਗਾ ਵੀ ਆਏ ਵਾਰ ਨਵੇਂ ਲੋਕ ਆਉਂਦੇ ਨੇ, ਲੋਕ ਉਹੀ ਨੇ, ਪੁਰਾਣੇ ਲੋਕ ਨੇਗੇ। ਅਤੇ ਲੋਕਾਂ ਨੂੰ ਬਹੁਤ ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ, ਅਤੇ ਬਹੁਤ ਸਾਲ ਹੋ ਗਏ ਇਹ ਇਹਨਾਂ ਦੇ ਜਿਹੜੇ ਮਤਲਬ ਕਿ ਕਹਿੰਦੇ ਜੁਮਲੇ, ਅੱਜ ਜੁਮਲਾ ਨਵਾਂ ਸ਼ਬਦ ਆਇਆ ਨਾ, ਜੁਮਲੇ ਸੁਣਦਿਆਂ ਨੂੰ, ਗੱਪ ਸੁਣਦਿਆਂ ਨੂੰ, ਹੈ ਨਾ, ਮਤਲਬ ਕਿ ਝੂਠ ਸੁਣਦਿਆਂ ਨੂੰ ਵੀ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਹੈ ਨਾ। ਮਤਲਬ ਹੁਣ ਤੱਕ ਜਿਹੜੀ ਸਰਕਾਰਾਂ ਆਈਆਂ ਨੇ ਜਾਂ ਸਾਡੇ ਸਰਪੰਚੀ 'ਚ ਜਿਹੜੀਆਂ ਸਰਕਾਰਾਂ ਆਈਆਂ ਨੇ, ਇਹਨਾਂ ਨੇ ਸੜਕਾਂ ਬਣਾਉਣ ਤੋਂ ਲੈ ਕੇ ਜਾਂ ਗਲੀ ਨਾਲੀਆਂ ਪੱਕੀਆਂ ਕਰਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਹੈਗਾ। ਨਾ ਤਾਂ ਇਹਨਾਂ ਨੇ ਐਜੂਕੇਸ਼ਨ ਨੂੰ ਸਾਂਭਿਆ ਗਾ, ਨਾ ਇਹਨਾਂ ਨੇ ਹੈਲਥ ਨੂੰ ਸਾਂਭਿਆ ਗਾ, ਮਤਲਬ ਕਿ ਇਹਨਾਂ ਨੇ ਪੈਸਾ ਖਾਧਾ ਗਾ, ਜਾਂ ਇਹਨਾਂ ਨੇ ਅਦਾਨੀਆਂ ਨੂੰ ਪੈਸਾ ਖਵਾਇਆ ਗਾ, ਜਾਂ ਇਹਨਾਂ ਨੇ ਟਾਟੇ ਬਿਰਲੇ ਨੂੰ ਪੈਸਾ ਖਵਾਇਆ ਗਾ। ਉਹਨੇ ਪਿਛਲੀ ਸਰਕਾਰ ਜਿਹੜੀ ਆਈ BJP ਸਰਕਾਰ, ਉਹਨੇ ਬੜੇ ਵਾਅਦੇ ਕੀਤੇ, ਹੈ ਨਾ, ਬਹੁਤ ਕੁਛ ਮਤਲਬ ਕਿ ਇਹੋ ਜਿਹਾ ਲਿਆਂਦਾ ਜਿਨ੍ਹਾਂ ਨੂੰ ਲੋਕਾਂ ਨੂੰ ਐਂ ਹੋ ਗਿਆ ਵੀ ਬਹੁਤ ਸਾਰੇ ਲੇਬਲ ਦਿੱਤੇ ਵੀ ਅਸੀਂ ਮਹਿੰਗਾਈ ਚੱਕ ਦਾਂਗੇ, ਅਸੀਂ ਬੇਰੁਜ਼ਗਾਰੀ ਚੱਕ ਦਾਂਗੇ, ਉਹ ਚੱਕ ਦਾਂਗੇ। ਮਤਲਬ ਜਦੋਂ ਦੀ ਮੋਦੀ ਸਰਕਾਰ ਆਏਗੀ ਉਦੋਂ ਰੇਲਵੇ ਦੀਆਂ ਨੌਕਰੀਆਂ ਕਿੰਨੀਆਂ ਘੱਟ ਗਈਆਂ, ਫਿਰ ਬੇਰੁਜ਼ਗਾਰੀ ਕਿੰਨੀ ਵੱਧ ਗਈ, ਹੈ ਨਾ। ਕੋਈ ਨੌਕਰੀ ਚੱਜਦੀ ਨਿਕਲੀ? ਜੇ ਕੋਈ ਨੌਕਰੀ ਨਿਕਲਦੀ ਤਾਂ ਉਹਦੇ 'ਤੇ ਸਟੇਅ ਲੱਗ ਜਾਂਦੀ, ਉਹ ਨੌਕਰੀ ਖਤਮ ਹੋ ਜਾਂਦੀ। ਸਾਨੂੰ ਇਹ ਨਹੀਂ ਪਤਾ ਲੱਗਦਾ ਜਿਹੜੇ ਟੈਸਟਾਂ ਦੇ ਪੈਸੇ ਭਰਦੇ ਨੇ ਜਵਾਕ, ਉਹ ਕਿੱਧਰ ਜਾਂਦੇ ਨੇ,
ਲੋਕਾਂ ਨੂੰ ਧੁੰਦਲਾ ਪਾਉਣਾ ਲੋਕਾਂ ਦੇ ਸਾਹਮਣੇ, ਲੋਕਾਂ ਸਾਹਮਣੇ ਇਹ ਸਰਕਾਰਾਂ ਐਕਸਪੋਜ਼ ਹੋ ਰਹੀਆਂ ਨੇ, ਹੁਣ ਲੋਕ ਵੋਟ ਪਾਉਣਗੇ ਨਹੀਂ ਮਿਲ ਲੱਗਦਾ। ਅੱਛਾ, BJP ਦੇ ਵੱਲੋਂ ਵੀ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ, ਕਾਂਗਰਸ ਵੱਲੋਂ ਵੀ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ, ਵੱਡੇ ਵੱਡੇ ਵਾਅਦਿਆਂ ਦੀ ਲਿਸਟ ਲੱਗੀ ਹੋਈ ਹੈ। ਇੱਕ ਪਾਸੇ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਗਰੀਬੀ ਪੇ ਵਾਰ 72,000, ਲੱਗ ਰਿਹਾ ਕਿ 72,000 ਖਜ਼ਾਨੇ 'ਚ ਜਿਹੜੇ ਆਮ ਲੋਕਾਂ ਦੇ ਖਾਤਿਆਂ 'ਚ ਆਵੇਗਾ। ਇਹ ਤਾਂ ਬਈ ਆਏ ਹਾਂ ਜਿਵੇਂ ਨਾ ਵਿਆਹ 'ਚ ਨਹੀਂ ਆਉਂਦੇ ਤਾਂ ਆਪਾਂ ਬੋਲੀ ਪਾਉਣੇ, ਤੁਸੀਂ ਬੋਲੀ ਪਾਤੀ ਵੀ ਮੈਂ ਤੂੰ ਚੱਕ ਵੀ ਬੋਲੀ ਪਾਊਂ, ਫਿਰ ਇਹ ਤਾਂ ਡੀਕਦੇ ਰਹਿੰਦੇ ਨੇ ਵੀ ਕੋਈ ਮੈਨੀਫੈਸਟੋ ਕੱਢੇ ਅਸੀਂ ਉਦੋਂ ਤਕੜਾ ਮੈਨੀਫੈਸਟੋ ਬਣਾਵਾਂਗੇ, ਹੈ ਨਾ। ਮਤਲਬ ਲਿਖਣ ਨੂੰ ਤਾਂ ਕੁਛ ਵੀ ਲਿਖਦਾ, ਪਰ ਇਹ ਤਾਂ ਨਾ ਸਾਡੇ ਜਿਹੜਾ ਮਤਲਬ ਕਿ ਸਟੇਟ ਆ ਇਹਨੂੰ ਸੋਚਣਾ ਚਾਹੀਦਾ, ਸਾਡੀ ਜੁਡੀਸ਼ਰੀ ਨੂੰ ਸੋਚਣਾ ਚਾਹੀਦਾ ਗਾ ਵੀ ਇਹ ਝੂਠੇ ਵਾਅਦੇ ਕਰਕੇ ਸਰਕਾਰ ਪੂਰੀ ਨਹੀਂ ਕਰਦੀ ਜਦੋਂ, ਤਾਂ ਉਹਨਾਂ 'ਤੇ ਕੋਈ ਐਕਸ਼ਨ ਲਿੱਤਾ ਜਾਵੇ, ਹੈ ਨਾ। ਬਹੁਤ ਝੂਠੇ ਵਾਅਦੇ ਕੀਤੇ ਨੇ ਹੁਣ ਤੱਕ ਜਦੋਂ ਦੀ ਵੋਟ ਬਣੀ, ਜਦੋਂ ਤੱਕ ਆਪਣੀ ਜ਼ਿੰਦਗੀ ਹੈ ਨਾ, ਆਪਾਂ ਤੁਸੀਂ ਵੀ ਹੈਗੇ ਹੋ, ਤੁਸੀਂ ਆਪਣੀ ਜ਼ਿੰਦਗੀ 'ਚ ਦੇਖੇ ਨੇ ਕਿੰਨੀਆਂ ਸਰਕਾਰਾਂ ਕਿੰਨੇ ਵਾਅਦੇ ਕਰਕੇ ਜਾਂਦੀਆਂ ਨੇ, ਪੂਰਾ ਕੀ ਕਰਦੀਆਂ ਨੇ ਉਹ। ਅੱਛਾ, ਬਦਲਾ ਕਿਵੇਂ ਕਰੋਗੇ ਫਿਰ ਤੁਸੀਂ, ਵੋਟ ਤਾਂ ਅਸੀਂ ਪਾਣੀ ਨਹੀਂ। ਬਦਲਾਅ ਤਾਂ ਹੁਣ ਭਗਤ ਸਿੰਘ ਵਰਗੇ ਸਾਨੂੰ ਰਾਹ ਦੱਸ ਕੇ ਗਏ ਨੇ, ਸਾਡੇ ਗੁਰੂ ਗੋਬਿੰਦ ਨੇ ਵੀ ਰਾਹ ਲੱਭਿਆ ਸੀਗਾ, ਹੈ ਨਾ। ਮਤਲਬ ਉਹ ਕਿਹੜਾ ਵੋਟਾਂ ਵਾਲੀ ਲੈ ਕੇ ਆਏ ਸਾਰਾ ਕੁਛ, ਉਹ ਤਾਂ ਲੋਕਾਂ ਨੇ ਜੋ ਦੇਖਿਆ ਵੀ ਸਾਡੇ 'ਤੇ ਹਕੂਮਤ ਭਾਰੂ ਹੋ ਰਹੀ ਆ, ਸਾਡੀ ਹਕੂਮਤ ਸੁਣ ਨਹੀਂ ਰਹੀ, ਤਾਂ ਲੋਕ ਬਹੁਤ ਕੁਛ ਕਰਦੇ ਨੇ, ਉਹ ਇੱਥੇ ਵੀ ਹੋਊਗਾ ਫਿਰ। ਬਿਲਕੁਲ, ਸ਼ੁਕਰੀਆ। ਇਨਕਲਾਬ ਲਿਆਉਣ ਦੀ ਜ਼ਰੂਰਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਕੀ ਨਾਮ ਹੈ ਜੀ? ਨਵਦੀਪ ਸਿੰਘ। ਅੱਛਾ ਨਵਦੀਪ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਜਿਹੜੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤੇ ਨੇ, ਇਹਨਾਂ ਚੋਣ ਮੈਨੀਫੈਸਟੋ ਦਾ ਆਮ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ, ਯੂਥ ਹੋਣ ਦੇ ਨਾਤੇ ਇਹਨਾਂ ਮੈਨੀਫੈਸਟੋ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਮੌਕੇ 'ਤੇ ਤਾਂ ਪ੍ਰਭਾਵਿਤ ਕਰ ਦਿੰਦੇ ਆ ਕਿਤੇ ਨਾ ਕਿਤੇ ਆਮ ਜਨਤਾ ਨੂੰ, ਮੀਡੀਆ ਦੇ ਥਰੂ ਵੀ ਕਰ ਦਿੰਦੇ ਆ, ਪਰ ਜਿਹੜਾ ਮੈਨੀਫੈਸਟੋ ਆ ਉਹ ਇੱਕ ਆਪਣਾ ਇਹਨਾਂ ਦਾ ਟੀਚਾ ਪੂਰਾ ਕਰਨ ਦਾ ਇੱਕ ਉਹ ਨਹੀਂ ਹੁੰਦਾ, ਇੱਕ ਝੂਠ ਪੱਤਰੀ ਬਣ ਕੇ ਰਹਿ ਜਾਂਦਾ ਗਾ। ਅਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਕੋਈ ਸਮਝਦਾਰ ਹੈ ਉਹ ਤਾਂ ਹੁਣ ਇਹਨਾਂ ਦਾ ਮੈਨੀਫੈਸਟੋ ਦੇਖ ਕੇ ਕੋਈ ਵੋਟ ਨਹੀਂ ਪਾਉਂਦਾ ਹੋਣਾ ਮੇਰਾ ਖਿਆਲ, ਜਿਹੜਾ ਆਪਣਾ ਪਿਛਲਾ ਐਕਸਪੀਰੀਅੰਸ ਰਿਹਾ ਗਾ ਜਿੰਨਾ ਵੀ ਇਹਨਾਂ ਦੇ ਵਾਅਦਿਆਂ ਦਾ, ਅਤੇ ਇਹੀ ਮੈਨੀਫੈਸਟੋ ਵਰਗਾ। ਅੱਛਾ, ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ ਮੈਨੀਫੈਸਟੋ ਵਿੱਚ, ਗਰੀਬਾਂ ਦੀ ਗੱਲ ਕੀਤੀ ਜਾਂਦੀ ਹੈ, ਨੌਜਵਾਨਾਂ ਦੀ ਗੱਲ ਕੀਤੀ ਜਾਂਦੀ ਹੈ, ਰੁਜ਼ਗਾਰ ਦੀ ਗੱਲ ਕੀਤੀ ਜਾਂਦੀ ਹੈ, ਪਿਛਲੇ ਲੰਬੇ ਸਮੇਂ ਤੋਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤੇ, ਕੀ ਲੱਗ ਰਿਹਾ ਕਿ ਉਹ ਵਾਅਦੇ ਜਿਹੜੇ ਕੀਤੇ ਜਾਂਦੇ ਸਨ ਉਹ ਪੂਰੇ ਹੋਏ ਨੇ? ਕਿ ਅਗਲੇ ਮੈਨੀਫੈਸਟੋ ਨੂੰ ਕਿਵੇਂ ਦੇਖ ਰਹੇ ਹੋ ਇਸ ਦੇ ਹਿਸਾਬ ਦੇ ਨਾਲ? ਅਗਲੇ ਮੈਨੀਫੈਸਟੋ 'ਚ ਜਿੱਦਾਂ ਆਪਣੇ ਇੱਕ ਤਾਂ ਇਸ ਆਪਣੇ ਆ ਸਰਕਾਰ ਜਾਣ ਤੋਂ ਪਹਿਲਾਂ ਹੀ ਇਹਨਾਂ ਨੇ ਆ 6,000 ਦਾ ਜਿਹੜਾ ਮੋਦੀ ਸਰਕਾਰ ਨੇ ਉਹ ਦਿੱਤਾ ਗਾ ਇੱਕ ਸਕੀਮ, ਜਿੱਦਾਂ ਕਿ 6,000 ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਕਿਸਾਨ ਨੂੰ ਕੋਈ ਫਾਇਦਾ ਹੋਊਗਾ। ਇੱਕ ਤਰ੍ਹਾਂ ਨਾਲ ਇੱਕ ਵੋਟ ਪੋਲਿਟਿਕਸ ਹੀ ਖੇਡੀ ਜਾ ਰਹੀ ਆ ਮੌਕੇ 'ਤੇ, ਜਿਹੜਾ 6,000 ਦਾ ਉਹ ਆਪਣਾ ਦਿੱਤਾ ਗਿਆ ਗਾ, 2,000 ਉਹ 3 ਮਹੀਨਿਆਂ ਬਾਅਦ ਉਹਦੀ ਕਿਸ਼ਤ ਆਉਣੀ ਹੈ, ਮੇਰਾ 4 ਮਹੀਨਿਆਂ ਬਾਅਦ, ਅਤੇ ਇਹ ਕੋਈ ਕਿਸਾਨਾਂ ਲਈ ਕੋਈ ਲਾਭਦਾਇਕ ਕੁਛ ਨਹੀਂ ਹੋਣ ਵਾਲਾ ਅਤੇ ਨਾ ਹੀ ਕਰਨ ਵਾਲੇ ਆ ਜੀ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਲੋਕਾਂ ਨੇ ਗੱਲਬਾਤ ਕੀਤੀ, ਨੌਜਵਾਨਾਂ ਦੀ ਇਹੋ ਰਾਏ ਆ ਕਿ ਜਿਹੜੇ ਚੋਣ ਮੈਨੀਫੈਸਟੋ ਹੁੰਦੇ ਨੇ ਉਹ ਸਿਰਫ ਤੋਂ ਸਿਰਫ ਇੱਕ ਜੁਮਲਾ ਹੁੰਦੇ ਨੇ, ਇਹਨਾਂ ਦੇ ਵਿੱਚ ਕੀਤੇ ਗਏ ਵਾਅਦੇ ਰਾਜਨੀਤਿਕ ਪਾਰਟੀਆਂ ਕਦੇ ਵੀ ਨਿਭਾਉਂਦੀਆਂ ਨਹੀਂ। ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਕੀਤੇ ਜਾਂਦੇ ਨੇ, ਇਹ ਵਾਅਦੇ ਕਿੰਨੇ ਕੁ ਪੂਰੇ ਹੁੰਦੇ ਨੇ, ਇਹ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨੌਜਵਾਨ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਰਾਜਵਿੰਦਰ ਸਿੰਘ। ਰਾਜਵਿੰਦਰ, ਕੀ ਲੱਗ ਰਿਹਾ ਕਿ ਜੋ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਚੋਣ ਮੈਨੀਫੈਸਟੋ ਇਹਨਾਂ ਲੋਕ ਸਭਾ ਚੋਣਾਂ ਦੇ ਲਈ ਜਾਰੀ ਕੀਤੇ ਨੇ, ਲੋਕਾਂ ਦੇ ਉੱਤੇ ਕਿੰਨਾ ਪ੍ਰਭਾਵ ਪੈ ਰਿਹਾ? ਦੇਖੋ ਜੀ, ਪਿਛਲੇ 70 ਸਾਲ ਹੋ ਗਏ, ਕੋਈ ਮੈਨੀਫੈਸਟੋ ਦਾ ਕੋਈ ਵਾਅਦਾ ਨਹੀਂ ਪੂਰਾ ਹੋਇਆ, ਠੀਕ ਆ। ਇਹ ਲਾਰੇ ਨੇ, ਜੁਮਲੇ ਨੇ, ਠੀਕ ਆ। ਇਹਦੇ 'ਚ ਕਦੇ ਕੋਈ ਕੁਛ ਕਹਿ ਦਿੰਦਾ ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਕੁਛ ਨਹੀਂ ਕਰਨਾ ਇਹਨਾਂ ਨੇ, ਬਸ ਆਪਦੀਆਂ ਰੋਟੀਆਂ ਸੇਕਣੀਆਂ ਨੇ, ਆਪ MLA MP ਬਣਨਾ ਇਹਨਾਂ ਨੇ, ਠੀਕ ਆ। ਅੱਜ ਤੱਕ 70 ਸਾਲ ਹੋ ਗਏ, ਦੇਸ਼ ਜਿਹੜੇ ਅਮੀਰ ਨੇ ਅਮੀਰ ਹੋਈ ਜਾਂਦੇ ਨੇ, ਗਰੀਬ ਆ ਗਰੀਬ ਹੋਈ ਜਾਂਦਾ। ਦੇਸ਼ ਦੇ ਵਿੱਚ BJP ਦੇ ਵੱਲੋਂ, ਕਾਂਗਰਸ ਦੇ ਵੱਲੋਂ, ਇਹਨਾਂ ਦੇ ਵੱਲੋਂ ਜਿਹੜਾ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਕਿ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਗਰੀਬੀ ਪੇ ਵਾਰ 72,000, ਉੱਧਰ ਭਾਜਪਾ ਕਹਿ ਰਹੀ ਹੈ ਕਿ ਦੇਸ਼ ਦੇ ਵਿੱਚ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ, ਰੁਜ਼ਗਾਰ ਦਿੱਤਾ ਜਾਵੇਗਾ, ਰਾਮ ਮੰਦਿਰ ਦਾ ਮੁੱਦਾ ਚੁੱਕਿਆ ਗਿਆ ਹੈ, ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ। ਕੀ ਲੱਗ ਰਿਹਾ ਕਿ BJP ਨੇ ਇਸ ਤੋਂ ਪਹਿਲਾਂ ਜਿਹੜੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਾਅਦੇ ਪੂਰੇ ਕਰ ਦਿੱਤੇ ਸਨ? ਦੇਖੋ ਜੀ, ਪਹਿਲਾਂ ਤਾਂ ਇਹ ਗੱਲ ਆ ਵੀ ਪਹਿਲਾਂ ਤਾਂ 15 ਲੱਖ ਰੁਪਈਆ ਨਹੀਂ ਆਏ ਮੋਦੀ ਵਾਲਾ, ਠੀਕ ਆ। ਸਾਡੇ ਖਾਤੇ ਐਂ ਪਏ ਨੇ, ਉਹੀ ਖਾਤਿਆਂ 'ਚ ਮੈਨੂੰ ਲੱਗਦਾ ਵੀ ਜਿਹੜਾ ਹੁਣ ਰਾਹੁਲ ਗਾਂਧੀ ਕਹਿੰਦਾ 72,000 ਰੁਪਈਆ, ਮੈਨੂੰ ਲੱਗਦਾ ਉਹ ਵੀ ਉਸੇ 'ਚ ਤਾਂ ਹੀ ਨਹੀਂ ਬੰਦ ਕਰਾ ਰਹੇ ਅਸੀਂ ਵੀ ਰਾਹੁਲ ਗਾਂਧੀ ਵਾਲਾ 72,000 ਰੁਪਈਆ ਆ ਜਾਊਗਾ। ਕੈਪਟਨ ਨੇ ਜਿਹੜਾ ਉਹ ਦੇਣਾ ਸੀ ਆਪਣਾ ਕਿ ਬੇਰੁਜ਼ਗਾਰੀ ਭੱਤਾ, ਉਹ ਵੀ ਆ ਜਾਊਗਾ ਇਹਨਾਂ 'ਚ। ਇਹ ਕੁਛ ਨਹੀਂ ਹੈਗਾ, ਇਹਨਾਂ ਨੇ ਆਈ ਵਾਰੀ ਲੋਕਾਂ ਨੂੰ ਉਲਝਾਈ ਜਾਣਾ। ਹੁਣ ਇਹ ਜਿਵੇਂ ਕਿ ਮੋਦੀ ਨੇ ਕਿਹਾ ਵੀ ਨਵੇਂ ਕਾਲਜ ਖੋਲੂੰਗਾ ਮੈਂ, ਠੀਕ ਆ, ਆਈ ਵਾਰ ਐਜੂਕੇਸ਼ਨ ਤੋਂ ਫੰਡ ਕੱਟ ਹੋ ਰਿਹਾ ਹੈ। ਮੈਨੂੰ ਲੱਗਦਾ ਵੀ 2% ਆਪਦਾ 2.5% ਆ ਜਿਹੜਾ ਐਜੂਕੇਸ਼ਨ 'ਤੇ ਵਰਤਿਆ ਜਾਂਦਾ। ਕਿੱਥੇ ਸਰਕਾਰੀ ਕਾਲਜ ਬੰਦ ਹੋ ਰਹੇ ਨੇ, ਤੁਸੀਂ ਆਹ ਯੂਨੀਵਰਸਿਟੀ 'ਚ ਲਾ ਲਓ ਵੀ ਆਏ ਸਾਲ
ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਕਿਹਾ ਗਿਆ ਕਿ 6% GDP ਦਾ ਜਿਹੜਾ ਹੈ ਉਹ ਸਿੱਖਿਆ ਦੇ ਲਈ ਵਰਤਿਆ ਜਾਵੇਗਾ, ਕਿ ਲੱਗਦਾ ਕਿ 6% ਸਿੱਖਿਆ ਦੇ ਲਈ ਬਹੁਤ ਹੈ? ਦੇਖੋ, ਸਿੱਖਿਆ ਲਈ 6% ਤਾਂ ਬਹੁਤ ਹੀ ਘੱਟ ਆ, ਠੀਕ ਹੈ। ਘੱਟੋ ਘੱਟ 10-15% ਸਿੱਖਿਆ 'ਤੇ ਹੋਣਾ ਚਾਹੀਦਾ, ਹੈਲਥ 'ਤੇ ਹੋਣਾ ਚਾਹੀਦਾ, ਕਿਉਂਕਿ ਇੰਡੀਆ ਇੱਕ ਵੈਲਫੇਅਰ ਸਟੇਟ ਆ, ਠੀਕ ਹੈ। ਵੈਲਫੇਅਰ ਸਟੇਟ ਦਾ ਮਤਲਬ ਇਹਦਾ ਹੈਲਥ ਅਤੇ ਐਜੂਕੇਸ਼ਨ ਫ੍ਰੀ ਹੋਣੀ ਚਾਹੀਦੀ ਆ, ਠੀਕ ਹੈ। ਇਹਨਾਂ ਦਾ ਕੋਈ ਸਾਰਾ, ਜਿਵੇਂ ਆਪਾਂ ਕਹਿ ਦਈਏ ਵੀ ਸਾਰਾ ਬੀਜ ਤਾਂ ਕਾਂਗਰਸ ਦੀ ਬੀਜਿਆ ਹੋਇਆ ਇਹ, ਜਿਹੜੀਆਂ 90-91 'ਚ ਪੋਲਸੀਆਂ ਆਈਆਂ ਨੇ, PPP ਮਾਡਲ ਆਇਆ, ਠੀਕ ਹੈ, ਸਰਕਾਰੀ ਬੰਦ ਕਰਕੇ ਪ੍ਰਾਈਵੇਟ ਖੋਲ੍ਹਣਾ, ਠੀਕ ਹੈ, ਇਹ ਸਾਰਾ ਕਾਂਗਰਸ ਦੀ ਦੇਣ ਆ, ਮਨਮੋਹਨ ਸਿੰਘ ਦੀ ਦੇਣ ਆ ਇਹ ਸਾਰਾ, ਅਤੇ ਉਹਦੇ 'ਚ ਕੀ ਆ, ਮੋਦੀ ਅੱਗੇ ਵਧਾ ਰਿਹਾ ਉਹਨੂੰ। ਅੱਛਾ, ਕੀ ਲੱਗ ਰਿਹਾ ਕਿ ਜਿਹੜੇ ਮੈਨੀਫੈਸਟੋ ਜਾਰੀ ਕੀਤੇ ਨੇ ਰਾਜਨੀਤਿਕ ਪਾਰਟੀਆਂ ਨੂੰ ਜਿੱਤ ਦੇ ਰਾਹ 'ਤੇ ਲੈ ਕੇ ਜਾ ਸਕਦੇ ਨੇ? ਦੇਖੋ ਜੀ, ਜਿੱਤ ਦੇ ਰਾਹ 'ਤੇ ਤਾਂ ਕਿਵੇਂ ਹੁਣ ਕੀ ਕਹਿ ਸਕਦੇ, ਇਹਦੇ ਲੋਕਾਂ ਨੇ ਵੋਟ ਪਾਈ ਦੇਣੀ ਆ, ਕਿਸੇ ਨੇ ਕਿਸੇ ਨੂੰ ਪਾ ਦੇਣੀ ਆ, ਕਿਸੇ ਦਾ ਕੋਈ ਆਪਦਾ ਕੋਈ ਦੋਸਤ ਕਹਿ ਲਓ, ਕਿਸੇ ਦਾ ਕੋਈ ਮਿੱਤਰ ਕਹਿ ਲਓ, ਕੋਈ ਕਿਸੇ ਦੇ ਕਹਿਣ 'ਤੇ, ਠੀਕ ਹੈ। ਵੈਸੇ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਪਿਛਲੇ 70 ਸਾਲ ਹੋ ਗਏ ਆਪਾਂ ਨੂੰ ਲੁੱਟ ਰਹੇ ਨੇ ਇਹ, ਲੋਕਾਂ ਵਾਸਤੇ ਕੁਛ ਨਹੀਂ ਕੀਤਾ ਇਹਨਾਂ ਨੇ। ਤੁਸੀਂ ਕਿਹੜੇ ਮੁੱਦੇ ਦੇ ਉੱਤੇ ਵੋਟ ਪਾਓਗੇ? ਮੈਂ ਤਾਂ ਨਹੀਂ ਵੋਟ ਪਾਉਂਦਾ। ਕਿਉਂ, ਫਿਰ ਬਦਲਾਅ ਕਿਵੇਂ ਹੋਵੇਗਾ, ਤੁਸੀਂ ਵੋਟ ਨਹੀਂ ਪਾਓਗੇ? ਨਹੀਂ, ਮੈਨੂੰ ਜਿੰਨੀਆਂ ਵੀ ਪਾਰਟੀਆਂ ਨੇ ਇਹਨਾਂ ਤੋਂ ਕੋਈ ਉਮੀਦ ਨਹੀਂ ਹੈਗੀ ਕਿਸੇ 'ਤੇ, ਇਹ ਕਿਸੇ ਵੀ ਪਾਰਟੀ ਤੋਂ ਕੋਈ ਉਮੀਦ ਨਹੀਂ ਹੈਗੀ। ਸਾਡੇ ਲਾ ਲਾ ਵੀ 3-4 ਪੀੜ੍ਹੀਆਂ ਹੋ ਗਈਆਂ, ਉਹ ਆਈ ਵਾਰੀ ਵੋਟਾਂ ਪਾ ਰਹੀਆਂ, ਅਲੱਗ ਅਲੱਗ ਪਾਰਟੀਆਂ ਨੂੰ ਦੇਖ ਕੇ ਵੋਟਾਂ ਪਾ ਲਈ। ਚੋਣ ਕਮਿਸ਼ਨ ਦੇ ਵੱਲੋਂ ਜਿਹੜੇ ਤੀਜੀ ਆਪਸ਼ਨ ਵੀ ਦਿੱਤੀ ਹੋਈ ਹੈ, ਉਹ ਤਾਂ ਦੱਬ ਸਕਦੇ ਹੋ? ਹਾਂ, ਉਹ ਦੱਬ ਸਕਦੇ ਹਾਂ, ਵੈਸੇ ਜੇ ਟਾਈਮ ਲੱਗਿਆ ਜਾ ਆਵਾਂਗੇ, ਵੈਸੇ ਵੀ ਐਡੀ ਦੂਰ ਜਾਊਗਾ ਵੀ ਕਿਹੜਾ ਹੁਣ। ਪਰ ਮੇਰੀ ਸਲਾਹ ਇਹ ਵੀ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਦਰਸ਼ਕਾਂ ਨੂੰ ਵੀ ਅਤੇ ਤੁਸੀਂ ਵੀ ਜ਼ਰੂਰ ਪਾਉਣਾ, ਤਾਂ ਹੀ ਬਦਲਾਅ ਹੋ ਸਕਦਾ ਹੈ, ਇਹ ਯੂਥ ਦੀ ਮੰਗ ਵੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਆਪਣਾ ਰਾਜਵਿੰਦਰ ਸਿੰਘ ਜੀ। ਅੱਛਾ ਰਾਜਵਿੰਦਰ, ਕੀ ਲੱਗ ਰਿਹਾ ਕਿ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤੇ ਨੇ, ਚੋਣ ਮੈਨੀਫੈਸਟੋ ਦਾ ਲੋਕਾਂ ਦੇ ਉੱਤੇ ਪ੍ਰਭਾਵ ਲੱਗ ਰਿਹਾ, ਪੈ ਸਕਦਾ? ਦੇਖੋ, ਜਿਨ੍ਹਾਂ ਦਾ ਹਰ ਵਾਰ ਕੋਈ ਨਾ ਕੋਈ ਮੁੱਦਿਆਂ 'ਤੇ ਆਪਣੇ ਦੋਨੇ ਪਾਰਟੀਆਂ ਜਿੰਨੀਆਂ ਵੀ ਪਾਰਟੀਆਂ ਨੇ ਮੈਨੀਫੈਸਟੋ ਬਣਾਉਂਦੀਆਂ ਨੇ, ਪਰ ਜੇ ਗਰਾਊਂਡ ਲੈਵਲ 'ਤੇ ਦੇਖਿਆ ਜਾਵੇ, ਜੇ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਦੇਖੀਏ, ਅੱਧੇ ਤੋਂ ਜ਼ਿਆਦਾ ਆਬਾਦੀ ਨੂੰ ਇਹ ਪਤਾ ਨਹੀਂ ਹੁੰਦਾ ਵੀ ਮੈਨੀਫੈਸਟੋ ਕੀ ਆ, ਜਾਂ ਉਹ ਪੜ੍ਹਿਆ ਹੁੰਦਾ ਜਾਂ ਉਹ ਮੈਨੀਫੈਸਟੋ ਪੜ੍ਹਦੇ ਨਹੀਂ। ਬਸ ਆਪਣੇ ਰਾਜਨੀਤਿਕ ਪਾਰਟੀਆਂ ਦੇ ਇੱਕ ਪਿੱਛੇ ਲਾ ਲਾ ਕੇ ਲੋਕ ਵੋਟਾਂ ਜ਼ਿਆਦਾ ਪਾਉਂਦੇ ਨੇ, ਮੈਨੀਫੈਸਟੋ ਤਾਂ ਕੁਛ ਕੀ ਜਣੇ ਪੜ੍ਹਦੇ ਨੇ, ਪਰ ਉਹ ਵੀ ਬੇਤੁੱਕੇ ਹੁੰਦੇ ਨੇ, ਇੱਕ ਲਾਰੇਬਾਜ਼ੀ ਆ ਵੋਟਰਾਂ ਨੂੰ ਲਵਾਉਣ ਦੇ ਲਈ, ਕੋਈ ਲਾਲਚ ਬੱਸ ਦਿੰਦਾ, ਪਰ ਜਿਹੜੇ ਅਸਲੀ ਮੁੱਦਿਆਂ 'ਤੇ ਆ ਉਹ ਸਿਰਫ ਕਾਗਜ਼ਾਂ ਤੱਕ ਸੀਮਿਤ ਹੁੰਦਾ ਵਾ, ਅਤੇ ਉਹਨੂੰ ਇਹ ਅਮਲਾ ਫੈਲਾ ਜੇ ਆਪਾਂ ਦੇਖੀਏ ਅਮਲ ਦੇ ਰੂਪ 'ਚ ਤਾਂ ਇਹ ਕਦੇ ਲਾਗੂ ਹੋਇਆ ਨਹੀਂ। ਕਿਹੜੀ ਕਿਹੜੀ ਰਾਜਨੀਤਿਕ ਪਾਰਟੀ ਦੇ ਚੋਣ ਮੈਨੀਫੈਸਟੋ ਜਿਹੜੇ ਜਾਰੀ ਹੋ ਚੁੱਕੇ ਨੇ? ਹੁਣ ਤੱਕ ਜ਼ਿਆਦਾ ਨਹੀਂ ਜੀ ਆਪਾਂ ਨੂੰ ਪਤਾ ਹੈਗਾ, ਕਿਉਂਕਿ ਧਿਆਨ ਨਹੀਂ ਦਿੱਤਾ, ਪਰ ਆਉਂਦੇ ਜਿੱਦਾਂ ਸਾਡੇ ਸੰਗਰੂਰ ਸੀਟ ਤੋਂ PDA ਨੇ ਹਜੇ ਤੱਕ ਆਪਣਾ ਨਹੀਂ ਕੀਤਾ, ਉਹਨਾਂ ਨੇ ਸਿਰਫ ਆਪਣੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਚੋਣਾਂ ਲੜਨ ਦਾ ਫੈਸਲਾ ਕੀਤਾ। ਹਾਲਾਂਕਿ ਭ੍ਰਿਸ਼ਟਾਚਾਰ ਦੇ ਵਿੱਚ ਜੇ UN ਦੀ ਰਿਪੋਰਟ ਦੇਖੀ, 175 ਦੇਸ਼ਾਂ 'ਚੋਂ ਆਪਣਾ 78ਵਾਂ ਰੈਂਕ ਆ ਰਿਹਾ, ਉਧਰੋਂ ਮੁੱਦੇ ਹੋਰ ਬਹੁਤ ਨੇ, ਸਿਹਤ ਦਾ ਮੁੱਦਾ ਹੋ ਗਿਆ, ਆਪਣਾ ਵਾਤਾਵਰਣ ਦਾ ਮੁੱਦਾ ਹੋ ਗਿਆ, ਅਤੇ ਪੜ੍ਹਾਈ ਲਿਖਾਈ ਦਾ ਮੁੱਦਾ ਹੋ ਗਿਆ, ਉਹ ਮੁੱਦੇ ਹੋਰ ਬਹੁਤ ਨੇ, ਪਰ ਇਹ ਆਪਣੇ ਇੱਕ ਕਿਸੇ ਇੱਕ ਖਾਸ ਮੁੱਦੇ 'ਤੇ ਲੈ ਕੇ ਲੋਕਾਂ ਨੂੰ ਲਵਾਉਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਕਿਹੜੇ ਮੁੱਦੇ ਦੇ ਉੱਤੇ ਵੋਟ ਪਾਓਗੇ? ਮੈਨੀਫੈਸਟੋ ਨੂੰ ਦੇਖ ਕੇ ਵੋਟ ਪਾਓਗੇ ਜਾਂ ਫਿਰ ਜੋ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਕੰਮ ਕੀਤੇ ਗਏ ਨੇ ਉਹਨਾਂ ਨੂੰ ਦੇਖ ਕੇ ਵੋਟ ਪਾਓਗੇ? ਦੋਨੇ ਕੰਮ ਹੀ ਦੇਖਣੇ ਪੈਣੇ, ਇੱਕ ਤਾਂ ਜੋ ਕੈਂਡੀਡੇਟ ਆ ਉਹਦਾ ਦੇਖਣਾ ਪੈਣਾ, ਇੱਕ ਉਹਨਾਂ ਦਾ ਕੀ ਅੱਗੇ ਫਿਊਚਰ ਪਲੈਨਿੰਗ ਆ। ਪਿਛਲੇ ਸਮੇਂ ਦੇ ਵਿੱਚ ਤਾਂ ਕੋਈ ਖਾਸ ਕੰਮ ਹੋਏ ਨਹੀਂ, ਸਾਰੇ ਲਾਰੇਬਾਜ਼ੀ ਆ, ਤੁਹਾਨੂੰ ਵੀ ਪਤਾ ਹੀ ਆ, ਪਰ ਮੇਰੇ ਹਿਸਾਬ ਨਾਲ ਜੋ ਸੰਗਰੂਰ ਸੀਟ 'ਤੇ ਕੋਈ ਖਾਸ ਜੋ ਕੈਂਡੀਡੇਟ ਕੋਈ ਨਹੀਂ ਹੈਗਾ ਜੋ ਅਸਲੀ ਮੁੱਦਿਆਂ 'ਤੇ ਗੱਲ ਕਰੇ, ਜਾਂ ਸਿਹਤ ਨੂੰ ਲੈ ਕੇ, ਜਾਂ ਵਾਤਾਵਰਨ ਨੂੰ ਲੈ ਕੇ, ਜਾਂ ਐਜੂਕੇਸ਼ਨ ਨੂੰ ਲੈ ਕੇ। ਅੱਛਾ, ਜਿੰਨੇ ਹੁਣ ਤੱਕ ਚੋਣ ਮੈਨੀਫੈਸਟੋ ਜਾਰੀ ਕੀਤੇ ਨੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ, ਕਿ ਲੱਗ ਰਿਹਾ ਕਿ ਉਹਨਾਂ ਦੇ ਉੱਤੇ ਰਾਜਨੀਤਿਕ ਪਾਰਟੀਆਂ ਕੰਮ ਕਰ ਰਹੀਆਂ ਨੇ, ਉਹ ਵਾਅਦੇ ਪੂਰੇ ਕੀਤੇ ਜਾਣਗੇ? ਨਹੀਂ, ਬਿਲਕੁਲ ਨਹੀਂ ਪੂਰੇ ਕੀਤੇ ਜਾਂਦੇ ਜੀ। ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਇੱਕ ਕਾਨੂੰਨ ਵੀ ਹੋਣਾ ਚਾਹੀਦਾ ਵੀ ਜਦੋਂ ਮੈਨੀਫੈਸਟੋ ਬਣਦਾ ਅਤੇ ਪਾਰਟੀ ਉਹ 'ਤੇ ਖਰਾ ਨਹੀਂ ਉਤਰਦੀ ਤਾਂ ਉਹਦੇ ਖਿਲਾਫ਼ ਕੋਈ ਐਕਸ਼ਨ ਜ਼ਰੂਰ ਹੋਣਾ ਚਾਹੀਦਾ। ਉਹ ਤਾਂ ਇੱਕ ਲਾਰੇਬਾਜ਼ੀ ਹੋ ਗਈ ਵੀ ਉਹ ਵੀ ਇਹ ਸਮਝਦੇ ਆ ਵੀ ਅਸੀਂ ਆਪਣਾ ਮੈਨੀਫੈਸਟੋ ਜਾਰੀ ਕਰਦੇ ਹਾਂ ਅਤੇ ਲੋਕ ਸਾਨੂੰ ਲੋਕਾਂ ਨੂੰ ਬੇਵਕੂਫ ਬਣਾ ਜਾ ਰਿਹਾ ਇੰਨੇ ਸਾਲਾਂ ਤੋਂ। ਬਹੁਤ ਬਹੁਤ ਧੰਨਵਾਦ। ਲੋਕਾਂ ਦੇ ਨਾਲ ਗੱਲਬਾਤ ਕੀਤੀ, ਲੋਕਾਂ ਦਾ ਇਹੋ ਕਹਿਣਾ ਹੈ ਕਿ ਜੋ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਇਹਨਾਂ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਜਾਂਦੇ ਨੇ, ਇਹ ਵਾਅਦੇ ਨਹੀਂ ਸਿਰਫ ਤੋਂ ਸਿਰਫ ਲਾਰੇ ਨੇ। ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਆਪਣੇ ਚੋਣ ਮੈਨੀਫੈਸਟੋ ਲਾਂਚ ਕਰ ਦਿੱਤੇ ਗਏ ਨੇ। ਇਹਨਾਂ ਮੈਨੀਫੈਸਟੋ ਦੇ ਉੱਤੇ ਨੌਜਵਾਨਾਂ ਦੀ ਕੀ ਪ੍ਰਤੀਕਿਰਿਆ, ਕੀ ਸੋਚ ਹੈ, ਇਹ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਵਿਕਰਮ ਬਾਵਾ। ਅੱਛਾ ਵਿਕਰਮ ਜੀ, ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜੇ ਮੈਨੀਫੈਸਟੋ ਲਾਂਚ ਕਰ ਦਿੱਤੇ ਨੇ, ਆਮ ਲੋਕਾਂ ਦੇ ਉੱਤੇ ਕਿੰਨਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ? ਦੇਖੋ ਜੀ, ਇਹ ਇਲੈਕਸ਼ਨ ਦਾ ਸਮਾਂ ਹੈਗਾ ਹੈ ਅਤੇ
ਪਰੰਪਰਾ ਬਣੀ ਹੋਈ ਹੈ ਜਿਹੜੀ ਕਿ ਇਲੈਕਸ਼ਨ ਤੋਂ ਪਹਿਲਾਂ ਜਾਰੀ ਕੀਤੇ ਜਾਂਦੇ ਨੇ। ਪਹਿਲਾਂ ਕਾਂਗਰਸ ਨੇ ਕਰਿਆ ਹੈਗਾ, ਹੁਣ ਪਿੱਛੇ ਜਿਹੜਾ ਬੀਜੇਪੀ ਨੇ ਕਰਿਆ ਹੈਗਾ। ਪਹਿਲਾਂ ਮੈਂ ਕਾਂਗਰਸ ਦੀ ਗੱਲ ਕਰਾਂਗਾ, ਜਿਹੜਾ ਕਾਂਗਰਸ ਨੇ ਕਰਿਆ ਹੈਗਾ ਉਹਨਾਂ ਨੇ ਕਿਹਾ ਸੀ ਗਰੀਬੀ 'ਤੇ ਮਾਰ ਹੈ, ਇਹ ਗਰੀਬੀ 'ਤੇ ਮਾਰ ਨਹੀਂ ਹੈਗੀ, ਗਰੀਬ ਮਾਰ ਹੈ ਇਹ। ਤੁਸੀਂ ਦੇਖੋ 72,000 ਰੁਪਈਆ ਜਿਹੜਾ ਹੈਗਾ ਉਹ ਇਹਨਾਂ ਨੇ ਸਾਲਾਨਾ ਦੇਣ ਦਾ ਜਿਹੜਾ ਭੱਦਾ ਮਜ਼ਾਕ ਹੈ ਉਹ ਲੋਕਾਂ ਨਾਲ ਕਰਿਆ ਹੈਗਾ। ਉਸ ਤੋਂ ਇਲਾਵਾ ਉਹਨਾਂ ਨੇ ਕਸ਼ਮੀਰ ਦੇ ਵਿੱਚ ਜਿਹੜਾ ਇੰਨੀ ਉੱਥੇ ਮਾਹੌਲ ਖਰਾਬ ਚੱਲ ਰਿਹਾ ਹੈਗਾ, ਉੱਥੇ ਉਹ ਕਹਿੰਦੇ ਹੈਗੇ ਨੇ ਕਿ ਅਸੀਂ ਸੈਨਾ ਜਿਹੜੀ ਹੈਗੀ ਉਹਦੇ ਵਿੱਚ ਕਟੌਤੀ ਕਰਾਂਗੇ, ਅਤੇ ਇਹੋ ਜਿਹੜੇ ਦੇਸ਼ ਵਿਰੋਧੀ ਜਿਹੜੇ ਕੰਮ ਨੇ ਉਹ ਕਾਂਗਰਸ ਹੀ ਕਰ ਸਕਦੀ ਹੈ। ਦੂਜੇ ਪਾਸੇ ਆਪਾਂ ਬੀਜੇਪੀ ਦੀ ਗੱਲ ਕਰੀਏ, ਉਹਨਾਂ ਨੇ ਆਪਣਾ ਜਿਹੜਾ ਉਹ ਸੰਕਲਪ ਪੱਤਰ ਜਾਰੀ ਕੀਤਾ ਹੈਗਾ। 2022 ਦੇ ਵਿੱਚ ਜਿਹੜਾ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਜਾਣੇ ਨੇ, ਅਤੇ ਉਹਨਾਂ ਨੇ 75 ਜਿਹੜੇ ਨੇ ਉਹ ਸੰਕਲਪ ਲਏ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜਨ ਦੀ ਜਿਹੜੀ ਮਨ ਦੀ ਬਾਤ ਹੈ ਉਹਨੂੰ ਲੈ ਕੇ ਸੰਕਲਪ ਪੱਤਰ ਜਿਹੜਾ ਬਣਾਇਆ। ਉਹਦੇ ਵਿੱਚ ਆਪਾਂ ਮੁੱਖ ਤੌਰ 'ਤੇ ਦੇਖੀਏ ਤਾਂ ਉਹਨਾਂ ਨੇ ਸਾਰੇ ਵਰਗਾਂ ਨੂੰ ਨਾਲ ਲਿਆ ਹੈਗਾ। ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਤਾਂ ਕਿਸਾਨ ਨੂੰ ਉਹਨਾਂ ਨੇ 6,000 ਰੁਪਇਆ ਜਿਹੜਾ ਹੈਗਾ ਉਹ ਸਾਲਾਨਾ ਦੇਣ ਦੀ ਗੱਲ ਕਰੀ ਹੈਗੀ ਹੈ। 1,00,000 ਰੁਪਏ ਦਾ ਜਿਹੜਾ ਕ੍ਰੈਡਿਟ ਕਾਰਡ 'ਤੇ ਲੋਨ ਹੈਗਾ ਉਹ 5 ਸਾਲ ਦੇ ਲਈ ਜਿਹੜਾ ਹੈਗਾ 0% ਇੰਟਰਸਟ 'ਤੇ ਦੇਣ ਦੀ ਗੱਲ ਕਰੀ ਹੈਗੀ ਹੈ। ਮਹਿਲਾਵਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਮਹਿਲਾਵਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ 3x ਤਲਾਕ ਹੈਗਾ ਉਹ ਕਾਨੂੰਨ ਲਿਆਉਣ ਦੀ ਗੱਲ ਕਰੀ ਗਈ ਹੈਗੀ ਹੈ। ਯੁਵਾਵਾਂ ਦੇ ਵਾਸਤੇ ਜਿਹੜਾ ਹੈਗਾ 50 ਲੱਖ ਤੱਕ ਦਾ ਜਿਹੜਾ ਰਿਣ ਹੈਗਾ ਉਹ 0% ਇੰਟਰਸਟ 'ਤੇ ਦੇਣ ਦੀ ਗੱਲ ਕਰੀ ਹੈਗੀ ਹੈ। ਅਤੇ ਇੱਦਾਂ ਹੀ ਬਹੁਤ ਸਾਰੀਆਂ ਜਿਹੜੀਆਂ ਧਾਰਾ 370-35 ਇਹ ਜੰਮੂ ਦੇ ਵਿੱਚ ਕਸ਼ਮੀਰ ਦੇ ਵਿੱਚ ਖਤਮ ਕਰਨ ਦੀ ਗੱਲ ਕੀਤੀ ਹੈਗੀ ਹੈ। ਦੇਖੋ ਭਾਜਪਾ ਨੇ ਜਿਹੜਾ ਵੀ ਬਣਾਇਆ ਹੈਗਾ ਇਹ ਆਪਣਾ ਸੰਕਲਪ ਪੱਤਰ ਉਹ ਲੋਕਾਂ ਨੂੰ ਸੋਚ ਵਿੱਚ ਰੱਖ ਕੇ ਪਾਰਦਰਸ਼ੀ ਹੈਗਾ, ਟਰਾਂਸਪੇਰੈਂਟ ਹੈਗਾ, ਔਰ ਨਾਲ ਨਾਲ ਆਪਾਂ ਇਹ ਵੀ ਕਹਿ ਸਕਦੇ ਕਿ ਬਹੁਤ ਵਿਜ਼ਨਰੀ ਹੈ ਜਿਹੜਾ ਇਹ 5 ਸਾਲ ਲਈ ਨਹੀਂ, ਅੱਗੇ 5 ਸਾਲਾਂ ਤੋਂ ਅੱਗੇ ਵੀ ਕੰਮ ਕਰ। ਬਹੁਤ ਬਹੁਤ ਧੰਨਵਾਦ। ਲਗਾਤਾਰ ਭਾਜਪਾ ਕਾਂਗਰਸ ਦੇ ਵੱਲੋਂ ਆਪਣੇ ਆਪਣੇ ਜਿਹੜੇ ਚੋਣ ਮੈਨੀਫੈਸਟੋ ਨੇ ਉਹਨਾਂ ਦੇ ਵਿੱਚ ਕੀਤੇ ਵਾਅਦਿਆਂ ਨੂੰ ਲੈ ਕੇ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਉਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਅਸਲ ਸੱਚਾਈ ਹੈ? ਜੇਕਰ ਪੰਜਾਬ ਦੀ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਲੋਂ ਵੀ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਪਿਛਲੇ 5 ਸਾਲ ਦੇ ਬੀਜੇਪੀ ਦੇ ਕਾਰਜਕਾਲ ਨੂੰ ਦੇਖਿਆ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਹਾਲਾਂਕਿ ਲੋਕਾਂ ਦਾ ਕਹਿਣਾ ਕਿ ਵਾਅਦੇ ਪੂਰੇ ਨਹੀਂ ਹੋਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਨੀਰਜ ਹੈ ਜੀ। ਅੱਛਾ ਨੀਰਜ, ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਵਾਅਦੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ, ਇੱਕ ਲਿਸਟ ਜਿਨ੍ਹਾਂ ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਲਿਸਟ ਜਾਰੀ ਕਰ ਦਿੱਤੀ ਹੈ, ਲੋਕਾਂ ਦੇ ਉੱਤੇ ਕਿੰਨਾ ਪ੍ਰਭਾਵ ਪਵੇਗਾ? ਮੈਂ ਹਿੰਦੀ 'ਚ ਕਨਵਰਜੇਸ਼ਨ ਕਰ ਲਾਂ। ਮੈਂ ਆਪਕੋ ਪਹਿਲੇ ਇੱਕ ਵਾਰ ਬੜਾ ਸਪਸ਼ਟ ਤੌਰ ਪਰ ਬਤਾ ਦੇਣਾ ਚਾਹਤਾ ਹੂੰ ਕਿ ਬੀਜੇਪੀ ਨੇ ਮੈਨੀਫੈਸਟੋ ਜਾਂ ਘੋਸ਼ਣਾ ਪੱਤਰ ਨਹੀਂ ਜਾਰੀ ਕੀਤਾ ਹੈ, ਬੀਜੇਪੀ ਨੇ ਸੰਕਲਪ ਪੱਤਰ ਜਾਰੀ ਕੀਤਾ ਹੈ, ਇਹਨੂੰ ਅਸੀਂ ਕਮਿਟਮੈਂਟ ਪੇਪਰ ਵੀ ਕਹਿ ਸਕਦੇ ਹਾਂ। ਇਹਦੇ 'ਚ ਉਹ ਗੱਲਾਂ ਕੀਤੀ ਗਈਆਂ, ਉਹ ਵਾਅਦੇ ਕੀਤੇ ਗਏ ਹੈ ਜਿਹੜੇ ਪੂਰੇ ਹੋ ਸਕਦੇ ਹੈ। ਔਰ ਤੁਸੀਂ ਦੇਖੋਗੇ ਕਿ ਜਿਹੜਾ ਯੁਵਾ ਹੈ, ਜਿਹੜਾ ਯੰਗ ਜਨਰੇਸ਼ਨ ਹੈ, ਉਹਦੇ ਵਾਸਤੇ ਨੇਸ਼ਨ ਫਸਟ ਹੈ, ਅਤੇ ਸਾਰੀਆਂ ਕਮਿਟਮੈਂਟ ਅਤੇ ਸਾਰੀਆਂ ਗੱਲਾਂ ਉਹਦੇ ਉੱਤੇ ਤੁਸੀਂ ਦੇਖੋਗੇ ਕਿ ਨੇਸ਼ਨ ਫਸਟ ਹੈ, ਰਾਸ਼ਟਰ ਸਰਵੋਪਰੀ ਹੈ। ਅਤੇ ਉਹਦੇ ਅਗੇਂਸਟ ਜਿਹੜਾ ਮੈਨੀਫੈਸਟੋ ਕਾਂਗਰਸ ਨੇ ਜਾਰੀ ਕੀਤਾ ਹੈ, ਉਹਦੇ 'ਚ ਤੁਸੀਂ ਦੇਖੋਗੇ ਉਹ ਸਾਰਾ ਇੱਦਾਂ ਲੱਗਦਾ ਹੈ ਉਹ ਕਾਂਗਰਸ ਦਾ ਮੈਨੀਫੈਸਟੋ ਨਹੀਂ, ਉਹ ਪਾਕਿਸਤਾਨ ਦਾ ਬਾਇਸਡ ਮੈਨੀਫੈਸਟੋ ਹੈ। ਪਰ ਰਾਹੁਲ ਗਾਂਧੀ ਤਾਂ ਕਹਿ ਰਹੇ ਨੇ ਕਿ 1,60,000 ਲੋਕਾਂ ਦੀ ਰਾਏ ਤੋਂ ਬਾਅਦ ਇਹ ਮੈਨੀਫੈਸਟੋ ਬਣਿਆ। ਮੈਂ ਇਹ ਨਹੀਂ ਸਮਝ ਪਾ ਰਿਹਾ ਕਿ ਉਹਨਾਂ ਨੇ ਰਾਏ ਲਿੱਤੀ ਕਿੱਥੋਂ ਹੈ, ਇੱਥੇ ਲਿੱਤੀ ਹੈ ਕਿ ਪਾਕਿਸਤਾਨ ਪਾਰ ਲੈ ਕੇ ਲਿੱਤੀ ਆਈ ਹੈ? ਤੁਸੀਂ ਵੀ ਸਰਵੇ ਕਰ ਲਓ ਅਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਰਾਏ ਕਿ ਕਸ਼ਮੀਰ 'ਚ ਧਾਰਾ 370 ਹਟਣੀ ਚਾਹੀਦੀ ਹੈ ਅਤੇ ਆਸਪਾ ਉਹਨਾਂ ਨੂੰ ਹਟਾਉਣਾ ਚਾਹੀਦਾ ਹੈ, 35 ਰਿਟੇਨ ਰਹਿਣੀ ਚਾਹੀਦੀ ਹੈ ਅਤੇ ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ, ਉਹਦੇ ਵਾਸਤੇ ਇੰਨੀ ਵੱਡੀ ਕੰਟਰੋਵਰਸੀ 17 ਸਾਲਾਂ ਤੋਂ ਚੱਲ ਰਹੀ ਹੈ ਅਤੇ ਉਹਨੂੰ ਰਿਟੇਨ ਰੱਖਣਾ ਚਾਹੁੰਦੇ, ਉਹਨਾਂ ਦੇ ਪਿੱਛੇ ਉਹਨਾਂ ਦੀ ਕੀ ਸੋਚ ਹੈ, ਉਹਨਾਂ ਦੀ ਕੀ ਉਹਨਾਂ ਦੇ ਪਿੱਛੇ ਉਹਦਾ ਬੈਨੀਫਿਟ ਹੈ ਉਹ ਤੁਹਾਨੂੰ ਜ਼ਿਆਦਾ ਪਤਾ ਹੈ। ਅੱਛਾ, ਸੰਕਲਪ ਪੱਤਰ ਦੇ ਵਿੱਚ ਭਾਜਪਾ ਨੇ ਰੁਜ਼ਗਾਰ ਦੇਣ ਦੀ ਵੀ ਗੱਲ ਕੀਤੀ ਹੈ, ਨੌਜਵਾਨਾਂ ਨੂੰ ਸਿੱਖਿਆ ਦੇ ਵਿੱਚ ਵੀ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ, ਪਰ ਰਾਹੁਲ ਗਾਂਧੀ ਨੇ ਗੱਲ ਕੀਤੀ ਹੈ ਕਿ 22 ਲੱਖ ਦੇਸ਼ ਦੇ ਵਿੱਚ ਨੌਕਰੀਆਂ ਅਜੇ ਵੀ ਜਿਹੜੇ ਅਹੁਦੇ ਨੇ ਖਾਲੀ ਨੇ, ਰੁਜ਼ਗਾਰ ਨਹੀਂ ਮਿਲ ਰਿਹਾ, ਕਿਸਾਨ ਪਰੇਸ਼ਾਨ ਨੇ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ, ਹਾਲਾਂਕਿ ਪ੍ਰਧਾਨ ਮੰਤਰੀ ਜਿਹੜਾ ਇਹ 1.5 ਗੁਣਾ ਫਸਲਾਂ ਦੀ ਕੀਮਤ ਦੇਣ ਦੀ ਗੱਲ ਕਰ ਰਹੇ ਨੇ, ਪਰ ਆਮ ਵੋਟਰ ਹੋਣ ਦੇ ਨਾਤੇ ਕੀ ਲੱਗ ਰਿਹਾ ਕਿ ਇਹ ਲੁਭਾਵਣੇ ਵਾਅਦਿਆਂ ਤੋਂ ਲੋਕ ਪ੍ਰਭਾਵਿਤ ਹੋ ਕੇ ਇਹਨਾਂ ਦੋਵਾਂ ਪਾਰਟੀਆਂ ਨੂੰ ਵੋਟ ਦੇਣਗੇ? ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਅਗਰ ਪਿਛਲੇ 5 ਸਾਲ ਦਾ ਕਾਰਜਕਾਲ ਵੀ ਦੇਖੋਗੇ ਅਤੇ ਜਿਹੜੇ ਰਿਫੋਰਮ ਹੋਏ ਹੈ ਉਹ ਬੇਸਿਕ ਰਿਫੋਰਮ ਹੋਏ ਹੈ, ਉਹਨਾਂ ਦਾ ਇੱਕ ਕਹਿੰਦੇ ਜਿੱਦਾਂ ਇੱਕ ਬਿਲਡਿੰਗ ਬਣਦੀ ਹੈ ਅਤੇ ਉਹਦੀ ਨੀਂਹ ਬਣੀ ਹੈ, ਹੁਣ ਜਿਹੜੀ ਨੀਂਹ ਬਣੀ ਹੈ ਉਹਦੇ 'ਚ ਤੁਸੀਂ ਦੇਖੋਗੇ ਅਤੇ ਸਾਰੇ ਵਾਅਦੇ ਇਹ ਪੂਰੇ ਹੋ ਸਕਦੇ ਹੈ, ਲੇਕਿਨ ਜਿਹੜਾ ਕਾਂਗਰਸ ਦਾ ਇੱਕ ਪੂਰਾ ਏਜੰਡਾ ਹੈ ਉਹ ਸਾਰਾ ਬੇਰੁਜ਼ਗਾਰੀ ਅਤੇ ਸਰਕਾਰੀ ਨੌਕਰੀ ਦੇ ਪਿੱਛੇ ਬੇਸਡ ਹੈ, ਲੇਕਿਨ ਜਿਹੜਾ ਸਾਰਾ ਯੁਵਾ ਹੈ ਉਹ ਜਾਣਦਾ ਹੈ ਕਿ ਦੇਸ਼ 'ਚ 1-3% ਹੀ ਜਿਹੜੇ ਲੋਕ ਹੈ ਉਹ ਸਰਕਾਰੀ ਨੌਕਰੀ ਕਰ ਸਕਦੇ ਹੈ, ਲੇਕਿਨ ਉਹਦੇ
अगे तुसी देखोगे जेडे मुद्रा योजना आई है, डिजिटल इंडिया आया है, स्किल इंडिया आया है, वो ते बहुत ज़्यादा रोज़गार जनरेट हुए हैं। 7-7.5 करोड़ लोगों ने तो मुद्रा लोन च लोन मिला है। जेडे लोन लेके गए उन्होंने क्या रोज़गार नहीं शुरू किया। तो नाले दुनिया से भारत लार्जेस्ट मोबाइल प्रोड्यूसिंग कंट्री हो गया। तो 100 पर रोज़गार प्रोड्यूसिंग कंपनी क्यों कदों बनेगा भारत? मैं वही कह रहा, जेडे रिफॉर्म 5 साल च होए हैं वो एक बेसिक नींव बनी है। हुण इत्थे ये देखो तुसी, जेड़ी भारत च 2 कंपनियां सीगी कि जेड़ी मोबाइल बनांदी सी, हुण 125 होई हैं। ठीक है, उहदे च बहुत सारी कंपनियां चोण मैनीफेस्टो दे विच वादे जेड़े कीते ने उह पूरे होणगे पाजा दे वल्लों? बिल्कुल होणगे। मैं इहनां देखदा कि जेड़ा उन्होंने कमिटमेंट कीती सी कि मैं घर घर लाइट पहुँचाऊँगा, घर घर सड़क पहुँचाऊँगा, तो 2.5 करोड़ 2 करोड़ लोगों नूं उज्ज्वला योजना च। और तुसी ये देखोगे जेड़ी दुनिया तारीफ कर रही है, दुनिया हैरान है कि आयुष्मान भारत योजना इतनी कमिटेड, इतनी अच्छी योजना उन्होंने बनाई है जिसे लाखों करोड़ों लोग लाभ ले रहे हैं। तो मैं ये कह रहा कि उन्होंने मौका जे आगे मिलेगा तो बहुत ज़्यादा जेड़े वादे हैं वो फुलफिल होने वाले हैं जी। बहुत बहुत धन्यवाद। लगातार पंजाब के लोगों के नाल गलबात की, पंजाब के लोगों की राय है कि जिथे कांग्रेस के वलों लोगों के नाल वादे किए गए सन, बीजेपी के वलों जिन्नियां भी राजनीतिक पार्टियां ने उन्हां दे वलों लोगों के नाल इन्हां चोण मैनीफेस्टो दे विच लोक लुभावने वादे तां कर दिते ने, पर इन्हां वादियां नूं असल मायने दे विच सरकारां कदे भी लागू नहीं करदियां। लगातार सिर्फ तो सिर्फ वादे हुंदे ने, ये वादे लारे हुंदे ने, ये कहना है लोगों का। सो अज दे पंजाब बोलदा दे विच बस इन्ना ही। इस दे नाल ही मैनूं अमनदीप सिंह नूं दिओ जी आग्या, धन्यवाद।